ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੁਰਵਿੰਦਰ ਸਿੰਘ ਅਤੇ ਮੈਂ ਅੱਜ ਕੱਲ੍ਹ ਫੇਸਬੁੱਕ ਅਤੇ ਵਟਸਐਪ 'ਤੇ ਕਾਫੀ ਜਗ੍ਹਾ 'ਤੇ ਯੂਟਿਊਬ 'ਤੇ ਦੇਖ ਰਿਹਾ ਸੀਗਾ ਕੋਈ ਗਾਇਕ ਹੈਗਾ AK, ਬੜਾ ਕੁਛ ਕੰਟਰੀਬਿਊਸ਼ਨ 'ਚ ਫਸਿਆ ਹੋਇਆ ਅਤੇ ਬੜਾ ਕੁਛ ਕਰ ਰਿਹਾ ਸੀਗਾ ਵੀ ਲੋਕਾਂ ਕੋਲ 30 ਰੁਪਏ ਦਾ ਨੈੱਟ ਪਾਉਂਦੇ ਨੇ, ਟੁੱਟੇ ਹੋਏ ਮੋਬਾਈਲ ਨੇ, ਅਤੇ ਫਿਰ ਮੈਂ ਉਦੋਂ ਬਾਅਦ ਉਹਦੀ ਸਾਰੀ ਡਿਟੇਲ ਦੇਖੀ, ਲੋਕਾਂ ਦੇ ਵਿਊਜ਼ ਦੇਖੇ ਵੀ ਕੀ ਕਰ ਰਹੇ ਨੇ ਲੋਕ, ਕੀ ਕਹਿ ਰਹੇ ਨੇ ਉਹਨੂੰ। ਪਹਿਲੀ ਗੱਲ ਤਾਂ ਵੀਰ, ਐਡੇ ਯੋਗਾ ਤੂੰ ਹੈ ਨਹੀਂ ਵੀ ਅਸੀਂ ਤੈਨੂੰ ਕਮੈਂਟ ਕਰੀਏ, ਤੂੰ ਸਭ ਤੋਂ ਸਾਡੇ ਤੋਂ ਬਹੁਤ ਛੋਟੇ ਲੈਵਲ ਦਾ ਬੰਦਾ ਵਾ, ਅਤੇ ਲੋਕਾਂ ਦੀ ਔਕਾਤ ਤਾਂ ਤੂੰ ਦੱਸ ਨਹੀਂ ਸਕਦਾ ਕਿਉਂਕਿ ਲੋਕ ਤੇਰੀ ਔਕਾਤ ਦੱਸਦੇ ਨੇ। ਤੁਸੀਂ ਫੇਸ ਯੂਟਿਊਬ ਦੇ ਉੱਤੇ ਨਾ 10-10 ਪੈਸੇ ਪਿੱਛੇ, 5-5 ਪੈਸੇ ਪਿੱਛੇ ਲੋਕਾਂ ਨੂੰ ਕਹਿੰਦੇ ਹੋ ਸਾਡੀ ਵੀਡੀਓ ਸ਼ੇਅਰ ਕਰੋ, ਸਾਡੀ ਵੀਡੀਓ ਡਾਊਨਲੋਡ ਕਰੋ, ਲੋਕ ਤਾਂ ਫਿਰ 30 ਰੁਪਏ ਦਾ ਨੈੱਟ ਪਾਉਂਦੇ, ਤੁਸੀਂ 10-10 ਪੈਸੇ ਪਿੱਛੇ, 5-5 ਪੈਸੇ ਪਿੱਛੇ ਲੋਕਾਂ ਦੀ ਮਿਹਨਤਾਂ ਕਰਦੇ ਵੀ ਸਾਡੀ ਵੀਡੀਓ ਡਾਊਨਲੋਡ ਕਰੋ। ਬਾਕੀ ਸਾਡੇ ਕੋਲ ਮਾਨਸਾ ਵਰਗੇ ਜਾਂ ਹੋਰ ਬੜੇ ਪੰਜਾਬੀ ਬੜੇ ਵਧੀਆ ਗਾਇਕ ਨੇ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦੇ ਫੋਲੋਵਰ ਹਾਂ, ਤਾਂ ਤੇਰੇ ਫੋਲੋਵਰ ਵੀ ਹੈ ਨਹੀਂ, ਬਾਕੀ ਤੈਨੂੰ ਪਤਾ ਲੱਗ ਗਿਆ ਹੋਣਾ ਤੇਰਾ ਪੇਜ 'ਤੇ ਹੀ ਲਾਈਕਿੰਗ, ਮੈਂ ਸੁਣਿਆ ਕਿਸੇ ਤੋਂ ਵੀ ਇੱਕ ਦਿਨ ਦੇ ਵਿੱਚ 1-1.5 ਲੱਖ ਬੰਦੇ ਨੇ ਤੈਨੂੰ ਅਨ ਲਾਈਕ ਮਾਰਤਾ। ਫੇਸ ਤੇਰਾ ਐਡਾ ਦਾਗੀ ਆ, ਜਿਹੜੀਆਂ ਤੇਰੀ ਜੁਲਫਾਂ ਨੇ ਉਹਨਾਂ ਦੇ ਨਾਲ ਮੂੰਹ ਲੁਕਾਉਣਾ ਫਿਰਦਾ ਤੂੰ, ਤੂੰ ਸਾਡੇ ਤੂੰ ਸਾ ਕਿਸੇ ਨੂੰ ਕੀ ਔਕਾਤ ਦਿਖਾਏਗਾ? ਇਹਦਾ ਸਾਈਕਲ ਵੀ ਧਾਰੇ ਮੰਗਦਾ ਰਿਹਾ। ਆ ਮੈਂ ਇੱਕ ਤਾਂ ਸੁਣਿਆ ਸੀ ਜਿਹੜਾ ਤੇਰੇ ਨਾਲ ਹੀ ਖੈਰ ਕੋਈ ਬੰਦਾ ਪੜ੍ਹਦਾ ਸੀ ਵੀ ਤੂੰ ਟੈਂਪੂ ਦੇ ਵਿੱਚ ਜਾਂਦਾ ਰਿਹਾ, ਵੀ ਤੂੰ ਫਿਰ ਟੈਂਪੂ 'ਚ ਜਾਂਦਾ ਰਿਹਾ, ਤੇਰੀ ਆਪਦੀ ਕੋਈ ਗੱਲ ਆ ਜਿਹੜੀ ਤੂੰ ਲੋਕਾਂ ਨੂੰ ਔਕਾਤ ਸਮਝਾਉਣ ਲੱਗ ਗਿਆ। ਇਸ ਕਰਕੇ ਖੈਰ ਤੂੰ ਕਹਿੰਦਾ ਵੀ ਅਸੀਂ ਉਸ ਬੰਦੇ ਦੀ ਮੈਂ ਵਿਊ ਸੁਣੂੰਗਾ ਜਿਹੜਾ ਮੇਰੇ ਤੋਂ ਵੱਡਾ ਹੋਊਗਾ, ਮੈਂ ਤੇਰੇ ਛੋਟੇ ਤੋਂ ਵਿਊ ਨਹੀਂ ਸੁਣਦਾ। ਖੈਰ ਤੂੰ ਤਾਂ ਇੱਕ ਕਾਈ ਆ, ਗਾਣਾ ਵੀ ਤੂੰ ਖੈਰ ਇਹੀ ਗਾਇਆ ਸੀ ਵੀ ਮੈਂ ਕਾਂ ਬਨੇਰੇ 'ਤੇ ਵਾ, ਤੂੰ ਬਨੇਰੇ 'ਤੇ ਬੋਲਣ ਵਾਲਾ ਕਾਈ ਆ, ਤੂੰ ਬੜਾ ਜ਼ਬਰਦਸਤ ਹੈ ਨਹੀਂ, ਜਿੰਨਾ ਤੇਰਾ ਗਾਣੇ ਚੱਲਣੇ ਸੀ ਚੱਲ ਗਏ, ਦੁਆ ਤੇਰੀ ਸਤਿ ਸ਼੍ਰੀ ਅਕਾਲ ਹੀ ਆ, ਅਤੇ ਸਾਡੇ ਵੱਲੋਂ ਤਾਂ ਇਹੀ ਆ ਵੀ ਬਸ ਹੁਣ ਤੇਰਾ ਖੇਡਾ ਖਤਮ ਆ, ਹੁਣ ਤੂੰ ਭਾਵਾਂ ਕਹਿ ਝੂਠ ਕੀਤਾ ਲੋਕਾਂ ਨੇ ਗਲਤ ਵੀਡੀਓ ਬਣਾ ਕੇ ਪਾਤੀ, ਰਾਜਨੀਤੀ ਕਰਤੀ, ਕੋਈ ਰਾਜਨੀਤੀ ਨਹੀਂ ਹੋਈ ਤੇਰੀ, ਤੇਰੀ ਲੱਤਾਂ ਭਾਰ ਚੱਲਣ ਰਾਜਨੀਤੀ ਨੂੰ ਇਹ ਸਾਲ ਬਦਲ ਰਾਜ ਤੇਰੀ ਲੱਤਾਂ ਭਾਰ ਚੱਲਣੋਂ ਹਟ ਗਿਆ, ਤੂੰ ਗੱਲ ਕਰ ਤਾਂ ਦਿੱਤੀ ਪਰ ਤੇਰੀ ਔਕਾਤ ਹੈ ਨਹੀਂ ਸੀ ਇਸ ਗੱਲ ਕਰਨ ਜੋਗੀ, ਤੂੰ ਹਵਾ ਹਵਾ 'ਚ ਕਰ ਗਿਆ ਪਰ ਰਾਜਨੀਤੀ ਕਰਨੀ। ਚਲੋ ਠੀਕ ਆ, ਜਿਹੜੇ ਵੀ ਬੰਦੇ ਨੂੰ ਗਾਲਾਂ ਕੱਢ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ, ਇਹਨੂੰ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ। ਨਾ ਤੂੰ ਆਮ ਆਦਮੀ ਪਾਰਟੀ 'ਚ, ਨਾ ਤੂੰ ਕਾਂਗਰਸ ਦਾ, ਨਾ ਤੂੰ ਬਾਦਲ ਦਾ, ਤੂੰ ਪਤਾ ਕਿਹਦਾ? ਲੋਕਾਂ ਨੇ ਤਾਂ ਕੈਪਟਨ ਨੂੰ 10 ਸਾਲ ਹੋ ਗਏ ਘਰੇ ਬਿਠਾਇਆ ਹੋਇਆ, ਤੇ ਤੂੰ ਤਾਂ ਫੇਰ ਤੇਰੀ ਤਾਂ ਔਕਾਤ ਹੀ ਨਹੀਂ ਕੁਛ ਵੀ। ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ, ਜਿੰਨਾ ਜੋਗਾ ਹੈਗਾ ਤੂੰ ਉਨਾ ਜੋਗਾ ਰਹਿ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਆ ਮੇਰੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।